ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਪਿੰਡ ਬਜਵਾੜਾ ਦੇ ਵਿੱਚ, ਜਿੱਥੇ ਤੁਹਾਨੂੰ ਇੱਕ ਅਸੀਂ ਪੁਰਾਤਨ ਕਿਲ੍ਹੇ ਦੇ ਪੁਰਾਤਨ ਕਿਲ੍ਹਾ ਦਿਖਾਵਾਂਗੇ। ਇਹ ਪਿੰਡ ਬਜਵਾੜਾ ਕਲਾ ਵਾ। ਇਹ ਕਿਲ੍ਹਾ ਜਿਹੜਾ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ, ਇਹਦਾ ਪਿੰਡ ਵਾਸੀ ਕੋਈ ਤਾਂ ਕਹਿੰਦੇ ਇਹਦਾ ਨੀਂਹ ਪੱਥਰ ਸੰਸਾਰ ਚੰਦ ਰਾਜਾ ਹਿਮਾਚਲ ਪ੍ਰਦੇਸ਼ ਨੇ ਰੱਖਿਆ ਸੀ, ਕੋਈ ਕਹਿੰਦੇ ਬਣਾਇਆ ਸੰਸਾਰ ਚੰਦ ਨੇ ਆ, ਪਰ ਇਹਦੇ ਦੇ ਵਿੱਚ ਸ਼ੇਰ ਸ਼ਾਹ ਸੂਰੀ ਦਾ ਜਨਮ ਹੋਇਆ ਅਤੇ ਇੱਥੇ ਬਜਵਾੜਾ ਕਲਾਂ ਦੇ ਵਿੱਚ ਸ਼ੇਰ ਸ਼ਾਹ ਸੂਰੀ ਜੰਮਿਆ, ਇੱਥੇ ਪਲਿਆ, ਇੱਥੇ ਗਲੀਆਂ ਦੇ ਵਿੱਚ ਖੇਡਿਆ, ਇਹ ਵਿੱਚ ਇਹ ਕਿਲ੍ਹੇ ਦੇ ਵਿੱਚ ਉਹ ਜਵਾਨ ਹੋਇਆ। ਤਾਂ ਉਸ ਤੋਂ ਬਾਅਦ ਹੁਣ ਅੱਜ ਦੇ ਹਾਲਾਤ ਦੇਖੇ ਆਓ, ਅਸੀਂ ਦੇਖਦੇ ਹਾਂ ਕਿ ਕਿਲ੍ਹਾ ਡਿਗਣ ਕਿਨਾਰੇ ਹੋ ਗਿਆ ਵਾ। ਇਹਦੀ ਸਾਫ਼ ਸੰਭਾਲ ਵੀ ਕੁਛ ਕੀਤੀ ਗਈ ਆ, ਪਰ ਇਹਦਾ ਮੈਂ ਦਰਵਾਜ਼ਾ ਟੋਲਣ ਦੀ ਕੋਸ਼ਿਸ਼ ਕੀਤੀ ਆ ਅਤੇ ਉਹ ਦਰਵਾਜ਼ਾ ਨਹੀਂ ਮਿਲਿਆ ਮੈਨੂੰ। ਕੁਝ ਕੈਮਰੇ ਤੋਂ ਪਰੇ ਹੋ ਕੇ ਕਿਸੇ ਨੇ ਦੱਸਿਆ ਕਿ ਦਰਵਾਜ਼ਾ ਤਾਂ ਬੰਦ ਕਰ ਦਿੱਤਾ, ਇੱਥੇ ਨਸ਼ੇੜੀ ਬੰਦੇ ਵਿੱਚ ਬਹੁਤ ਵੜਨ ਲੱਗ ਪਏ ਸੀ, ਵਿੱਚ ਟੀਕੇ ਲਵਾਉਂਦੇ ਸੀ, ਹੋਰ ਨਸ਼ੇ ਬਹੁਤ ਕਰਦੇ, ਇਹ ਵਿਚਾਰੇ ਦਰਵਾਜ਼ਾ ਹੁਣ ਬੰਦ ਕਰ ਦਿੱਤਾ ਵਾ। ਤਾਂ ਆਓ ਤੁਹਾਨੂੰ ਕਿਲ੍ਹੇ ਦਰਸ਼ਨ ਕਰੀਏ ਜੀ। ਪਿੰਡ ਬਜਵਾੜਾ ਕਲਾਂ ਦਾ ਤੁਸੀਂ ਕਿਲ੍ਹਾ ਦੇਖ ਰਹੇ ਨੇ, ਜਿਹੜਾ ਸ਼ੇਰ ਸ਼ਾਹ ਸੂਰੀ ਨੇ ਬਣਾਇਆ ਤਾਂ ਇਹ ਹੁਣ ਡਿਗਣ ਕਿਨਾਰੇ ਆ, ਉਹਦੇ ਕੋਲ ਉੱਪਰ ਤੀਜੀ ਮੰਜ਼ਿਲ ਡਿੱਗਦੀ ਆ। ਵਿੱਚ ਬਣਨ ਦੀ ਕੋਸ਼ਿਸ਼ ਕੀਤੀ ਆ ਕਿ ਵਿੱਚ ਬਣਨ ਨੂੰ ਸਾਨੂੰ ਰਸਤਾ ਨਹੀਂ ਲੱਭਾ, ਜਾਂ ਤਾਂ ਅੰਬਕਾ ਸੋਨੀ ਨੇ ਤਾਂ 3 ਕਰੋੜ ਰੁਪਈਆ ਭੇਜਿਆ ਸੀ ਸਾਫ਼ ਸੰਭਾਲ ਬਾਰੇ, ਉਹਨੇ ਜੇ ਗੇਟ ਬੰਦ ਕਰ ਦਿੱਤਾ। ਇੱਦਾਂ ਹੀ ਲੱਗਦਾ ਕਿ ਨਹੀਂ, ਮੈਂ ਚਾਰੇ ਪਾਸੇ ਘੁੰਮ ਕੇ ਦੇਖਿਆ ਕਿ ਇਹਦਾ ਗੇਟ ਨਹੀਂ ਕਿਸੇ ਪਾਸੇ ਲੱਭਾ। 3 ਮੰਜ਼ਿਲਾ ਕਿਲ੍ਹਾ ਜੀ, ਆਹ 3 ਮੰਜ਼ਿਲਾ ਤੁਸੀਂ ਦੇਖ ਸਕਦੇ ਆ, 1, 2, 3 ਆ ਜਿਹੜੀਆਂ ਗਲੀਆਂ ਦੇਖੋ, ਇਹ ਫਾਇਰ ਕਰਨ ਹੁੰਦਾ ਸਾ, ਅੰਦਰੋਂ ਅਸੀਂ ਫਾਇਰ ਕਰ ਸਕੀਏ, ਬਾਹਰੋਂ ਵਾਲੇ ਦਾ ਫਾਇਰ ਨਾ ਲੱਗੇ ਸਾਡੇ 'ਤੇ। ਅੱਜ ਤੋਂ ਆਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ, ਇਹ ਕੰਧ ਪੈ ਗਈ ਆ, ਹੁਣ ਤਾਂ ਆਲੇ ਦੁਆਲੇ ਬੂਟੀ ਭੰਗ ਜੇ ਉਹ ਬਹੁਤ ਕਸੂਸਰ ਹੋ ਗਿਆ ਕਿ ਬੱਦਲਬਾਜੀ ਅੱਜ ਦੇਖੋ ਕਿੱਦਾਂ ਹੋਈ। ਉਹ ਇਹ ਸਾਨੂੰ ਪਰ ਪੁਰਾਣੀਆਂ ਚੀਜ਼ਾਂ ਜਿਹੜੀਆਂ ਪੁਰਾਤਨ ਆ, ਇਹ ਸਾਨੂੰ ਸਾਂਭ ਕੇ ਰੱਖਣੀਆਂ ਚਾਹੀਦੀਆਂ ਸਾਡੀਆਂ ਸਰਕਾਰਾਂ ਨੂੰ ਚਾਹੀਦਾ, ਪਰ ਇੱਧਰ ਕੋਈ ਧਿਆਨ ਨਹੀਂ ਦਿੰਦਾ, ਕਿਸੇ ਦਾ ਇੱਧਰ ਧਿਆਨ ਹੀ ਨਹੀਂ ਕਿ ਸਾਫ਼ ਸੰਭਾਲ ਕਰ ਲਈਏ, ਬਣਵਾਉਣੀ ਤਾਂ ਕੀ ਨਹੀਂ, ਸਾਫ਼ ਸੰਭਾਲ ਵੀ ਨਹੀਂ ਕਰ ਸਕਦੇ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਣਾ ਕੀ ਨਾਂ ਜੀ? ਮੇਰਾ ਨਾਂ ਬਲਦੇਵ ਕੌਰ ਜੀ। ਇਹ ਬਜਵਾੜਾ ਕਲਾਂ ਦੇ ਰਹਿਣ ਵਾਲੇ? ਹਾਂ ਜੀ, ਬਜਵਾੜਾ ਕਲਾਂ ਦੇ। ਤੁਹਾਡਾ ਵਿਆਹ ਹੋਏ ਨੂੰ ਕਿੰਨਾ ਕੁ ਚਿਰ ਹੋ ਗਿਆ? ਉਹ 53 ਸਾਲ ਹੋ ਗਿਆ ਜੀ। ਅੱਛਾ ਜੀ, ਇਹ ਕਿਲ੍ਹੇ ਬਾਰੇ ਤੁਸੀਂ ਕੀ ਜਾਣਕਾਰੀ ਰੱਖਦੇ ਆ? ਅਸੀਂ ਜੀ ਜਾਣਕਾਰੀ ਦੱਸਦੇ ਆ, ਉਦਾਂ ਤੇ ਹੁਣ ਕਹਿੰਦੇ ਸ਼ੇਰ ਸਿੰਘ ਸੂਰੀ ਨੇ ਬਣਾਇਆ। ਅੱਛਾ, ਹੈਗਾ ਸੰਸਾਰ ਚੰਦ ਨੇ? ਹਾਂਜੀ, ਸੰਸਾਰ ਚੰਦ ਨੇ, ਸੰਸਾਰ ਚੰਦ ਘਟੋਚ, ਸੰਸਾਰ ਚੰਦ ਘਟੋਚ ਨੇ। ਅੱਛਾ ਜੀ, ਹਾਂਜੀ। ਹੋਰ ਇਹਦੇ ਵਿੱਚ ਰਹਿੰਦਾ ਕੋਈ ਨਹੀਂ, ਹੁਣ ਖੰਡਰ ਆ ਵਿੱਚੋਂ। ਇਹ ਸੰਸਾਰ ਚੰਦ ਖੜੋਚ, ਉਹਨੂੰ ਬਣਵਾਇਆ ਇਹਨੂੰ? ਹਾਂਜੀ। ਤੇ ਸ਼ੇਰ ਸ਼ਾਹ ਸੂਰੀ ਦਾ ਇੱਥੇ ਜਨਮ ਹੋਇਆ, ਉਹਦਾ ਇਸ ਕਿਲ੍ਹੇ ਜਨਮ ਸਥਾਨ ਵਾ। ਹਾਂਜੀ, ਹੁਣ ਇਹਦੀ ਕੋਈ ਰਿਪੇਅਰ ਵੀ ਹੋਈ ਹੈ, ਤੁਹਾਨੂੰ ਪਤਾ ਕਿਹਨੇ ਰਿਪੇਅਰ ਕਰਾਈ? ਹਾਂਜੀ, ਹੋਈ ਸੀ ਪਹਿਲੇ, ਇਹ ਬਾਦਲ ਸਾਹਿਬ ਨੇ ਕਿਹਾ ਸੀ ਵੀ 10,000 ਬਣਾਓ, ਫਿਰ ਵਿੱਚ ਰਹਿ ਗਿਆ ਜੀ ਕੰਮ ਕਿਸੇ। ਇਹ ਅੰਬਕਾ ਸੋਨੀ ਨੇ ਪੈਸਾ ਲਾਇਆ ਤੇ ਮੈਨੂੰ ਜੀ ਮੈਂ ਦੇਖਿਆ ਆਲੇ ਦੁਆਲੇ ਭੰਗ, ਮੇਰੇ 9-9 ਫੋਟੋ ਆ, 10-10 ਫੋਟੋ ਦਰਾ ਤੋਂ ਭੰਗ ਆ, ਮੈਂ ਵਿੱਚ ਇਹਦੇ ਵੜ ਕੇ ਬਹੁਤ ਕਸੂਸਰ ਦੇਖਿਆ, ਪਰ ਮੇਨ ਦਰਵਾਜ਼ਾ ਨੀ ਮੈਨੂੰ ਲੱਭਾ ਇਹਦਾ। ਉਹ ਸ਼ਾਇਦ ਜਦੋਂ ਰਿਪੇਅਰ ਕੀਤੀ ਉਦੋਂ ਦਰਵਾਜ਼ਾ ਬੰਦ ਕਰ ਦਿੱਤਾ। ਮੈਂ ਚਾਰ ਘੁੰਮ ਕੇ ਦੇਖਿਆ ਦਰਵਾਜ਼ਾ ਮੈਨੂੰ ਕਿਤੇ ਨਹੀਂ ਲੱਭਾ। ਹਾਂਜੀ, ਸਫੈਦੇ ਬਹੁਤ ਲੱਗੇ ਆਲੇ ਦੁਆਲੇ, ਛੱਲੀਆਂ ਵੀ ਬੀਜੀਆਂ ਵਾ। ਠੀਕ ਹੈ, ਆਪਣਾ ਨਾਮ ਵੀ ਦੱਸ ਦਿਓ ਕੀ ਹੈ? ਮੇਰਾ ਨਾਮ ਮਨਜੀਤ ਕੌਰ। ਅੱਛਾ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜਾਣਕਾਰੀ ਦੇਣ ਲਈ।
ਇਹ ਫਿਰ ਬਜਵਾੜੇ ਦੇ ਕਿਲੇ ਦੀਆਂ ਤਸਵੀਰਾਂ ਦੇਖੋ ਜੀ, ਡਿੱਗਣ ਕਿਨਾਰੇ ਹੋ ਗਿਆ ਵਾ ਜੀ, ਇਹਨੂੰ ਸਰਕਾਰਾਂ ਸਾਂਭਦੀਆਂ। ਇਹ ਅੰਬਿਕਾ ਸੋਨੀ ਨੇ ਇਹਨੂੰ ਗ੍ਰਾਂਟ ਕਹਿੰਦੇ 3 ਕਰੋੜ ਦਿੱਤੀ, ਆਹ ਵੀ ਕੰਧ ਦੁਬਾਰਾ ਬਣੀਆਂ ਵਾ, ਜਿੱਦਾਂ ਸਾਰੀਆਂ ਕੰਧਾਂ ਬਣ ਜਾਂਦੀਆਂ ਦੁਬਾਰਾ ਇਹ ਡਿੱਗਣਾ ਨਹੀਂ ਸੀਗਾ। ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਇਹਨੂੰ ਦੇਖਦੀਆਂ ਕਿੱਥੇ ਸ਼ਾਹਸੂਰੀ ਦਾ ਇਹ ਸਥਾਨ, ਸਾਰੇ ਪਾਸੇ ਮੈਂ ਤੁਹਾਨੂੰ ਦਿਖਾਊਂਗਾ। ਇਹ ਬਜਵਾੜੇ ਦੇ ਕਿਲੇ ਦੀਆਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹਾਂ ਜੀ, ਜਿਹੜਾ ਕਿ ਹੁਣ ਢੱਠਣਾ ਕਿਨਾਰੇ ਹੋ ਗਿਆ ਵਾ, ਕਿਸੇ ਪਾਸੇ ਦੀ ਇਹ ਲੰਘਣ ਨੂੰ ਜਗ੍ਹਾ ਹੀ ਨਹੀਂ ਮਿਲਦੀ। ਵਿੱਚ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਵਿੱਚ ਢੱਠਾ, ਬਰਸਾਤ ਮਹੀਨਾ ਵਿੱਚ ਭੰਗ ਬੂਟੀ ਬਹੁਤ ਹੋਈ ਹੋ ਆ, ਇਹ ਵੀ ਨਹੀਂ ਪਤਾ ਕਿਹੜੇ ਵੇਲੇ ਡਿੱਗ ਪਵੇ। ਅੰਬ ਕਸਬਨੀ ਨੇ ਕਹਿੰਦੇ 3 ਕਰੋੜ ਰੁਪਈਆ ਭੇਜਿਆ, ਸੋਚ ਆਹ ਕੰਧ ਬਣੀ ਆ, ਬਾਕੀ ਕੋਈ ਮੈਨੂੰ ਡਿਵੈਲਪਮੈਂਟ ਹੋਈ ਲੱਗਦੀ ਨਹੀਂ। ਆਹ ਦੇਖ ਲਓ, ਇਹ ਸ਼ੇਰ ਸ਼ਾਹਸੂਰੀ ਇੱਥੇ ਜੰਮਿਆ ਸੀ ਕਹਿੰਦੇ, ਉਹਦਾ ਜਨਮ ਸਥਾਨ ਹੈ ਸ਼ੇਰ ਸ਼ਾਹਸੂਰੀ ਦਾ। ਆਹ ਤੁਸੀਂ ਹੁਣ ਲਾਈਵ ਤਸਵੀਰਾਂ ਕੇ ਐਸ ਸਿੱਧੂ ਟੀਵੀ ਦੇਖ ਰਹੇ ਹਾਂ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਕੀ ਨਾਮ ਜੀ? ਮੇਰਾ ਨਾਮ ਅਮਰਜੀਤ ਕੌਰ ਹੈ। ਪਿੰਡ ਬਜਵਾੜਾ ਕਲਾਂ ਦੇ ਰਹਿਣ ਵਾਲੇ? ਬਜਵਾੜਾ ਕਲਾਂ। ਤੇ ਕਿਲੇ ਬਾਰੇ ਤੁਸੀਂ ਕੀ ਜਾਣਕਾਰੀ ਰੱਖਦੇ ਆ? ਮੈਨੂੰ ਜ਼ਿਆਦਾ ਤਾਂ ਨਹੀਂ ਪਤਾ, ਮੈਂ ਥੋੜ੍ਹਾ ਜਿਹਾ ਦੱਸ ਸਕਦੀ ਹਾਂ। ਹਾਂਜੀ, ਕਈ ਬਜ਼ੁਰਗਾਂ ਤੋਂ ਪਤਾ ਲੱਗਦਾ ਸੀਗਾ ਵੀ ਇਹ ਮਤਲਬ ਸੰਸਾਰ ਚੰਦ ਨੇ ਕਿਲਾ ਬਣਾਇਆ ਸੀ ਜੀ। ਹਾਂਜੀ ਹਾਂਜੀ, ਤੇ 600 ਸੂਰੀ ਨੇ ਬਣਵਾਇਆ ਸੀਗਾ। ਹਾਂਜੀ ਹਾਂਜੀ, ਤੇ ਕਾਂਗੜੇ ਦੇ ਰਹਿਣ ਵਾਲੇ ਸੀ ਉਹ। ਇਹ 6 ਸ਼ਾਹਸੂਰੀ ਨੇ ਬਣਾਇਆ ਸੀ? ਬਣਵਾਇਆ ਸੀ ਉਹਨੇ, ਬਣਵਾਇਆ ਸੀ। ਹਾਂਜੀ, ਤੇ ਮਹਾਰਾਜ ਕਟੋਜ ਸੀਗਾ ਕਾਂਗੜੇ ਦੇ ਰਹਿਣ ਵਾਲੇ। ਅੱਛਾ, ਉਹਨੇ ਬਣਾਇਆ, ਉਹਨੇ ਬਣਾਇਆ ਸੀ। ਸ਼ੇਰ ਸ਼ਾਹ ਸੂਰੀ ਨੇ ਫਿਰ ਤੇ ਕਬਜ਼ਾ ਕਰ ਲਿਆ ਕੇ? ਐਦਾਂ ਹੀ ਹੋਣੀ ਫਿਰ ਜੀ। ਅੱਛਾ ਜੀ, ਉਹਦੇ ਕਬਜ਼ਾ ਹੋਣਾ ਇੱਥੇ। ਅੱਛਾ ਜੀ, ਸ਼ਾਹ ਬੋਲਦੇ ਤਾਂ ਫਿਰ ਉਹ ਮੁਸਲਮਾਨ ਹੀ ਹੋਣਗੇ। ਹਾਂਜੀ ਹਾਂਜੀ ਹਾਂਜੀ, ਤਾਂ ਅੰਗਰੇਜ਼ਾਂ ਦੇ ਬਾਰੇ ਦਾ ਕਹਿੰਦੇ ਬਣਿਆ ਇਹ। ਮੈਂ ਹੁਣ ਆਲੇ ਦੁਆਲੇ ਨੂੰ ਸਫੈਦੇ ਵੀ ਲੱਗ ਗਏ ਹੋਆ ਜਾਂ ਲੋਕਾਂ ਨੇ ਇਹ ਕਬਜ਼ਾ ਕਰ ਲਿਆ ਜਾਂ ਕਿਸੇ ਥਾਂ 'ਤੇ ਲੱਗੇ ਹੋਆ? ਨਹੀਂ, ਸਫੈਦੇ ਤਾਂ ਹਸਪਤਾਲ ਦੀ ਜ਼ਮੀਨ ਆ। ਅੱਛਾ, ਉਹ ਮਤਲਬ ਲਾਲਾ ਚੂਨੀ ਲਾਲ ਦੀ ਜ਼ਮੀਨ ਆ, ਨਾਲ ਲੱਗਦੀ ਸਫੈਦੇ ਉਹਨੀ ਲਾਇਓ। ਅੱਛਾ, ਇਹ ਕਿਲੇ ਦਾ ਥਾਂ ਉਨਾ ਜਿੰਨੇ 'ਚ ਇਹ ਥਾਂ 'ਚ ਬਣਿਆ ਵਾ? ਉੱਪਰ ਨੂੰ ਹੈਗੀ ਜਗ੍ਹਾ। ਅੱਛਾ, ਇਹਦੀ ਕੋਈ ਸਾਫ ਸੰਭਾਲ ਨਹੀਂ ਹੋਈ ਹੁਣ? ਸਾਫ ਸੰਭਾਲ ਕਿਸੇ ਨੇ ਵੀ ਕੀਤੀ, ਤੇ ਇਹ 1900 ਪਿਛਲੇ ਸਾਲ ਦੇ ਵਿੱਚ ਜਿੱਦਾਂ ਸਨ ਵਿੱਚ, ਹਾਂਜੀ, ਤੇ ਉਦੋਂ ਸਾਡੇ ਬੇਟੇ ਦਾ ਵਿਆਹ ਉਦੋਂ ਹੋਇਆ ਸੀਗਾ, ਤਾਂ ਉਦੋਂ ਇੱਥੇ ਅੰਬਿਕਾ ਸੋਨੀ ਨੇ ਲਾਇਆ ਥੋੜ੍ਹੇ ਜਿਹੇ ਪੈਸੇ। ਅੱਛਾ, ਥੱਲੇ ਥੱਲੇ ਬਹੁਤ ਇੱਟਾਂ ਕੱਢ ਡਿੱਗ ਗਈਆਂ ਸੀਗੀਆਂ। ਠੀਕ ਹੈ, ਤਾਂ ਉਹ ਫਿਰ ਇੱਟਾਂ ਲਵਾਈਆਂ ਅੰਬਿਕਾ ਸੋਨੀ ਨੇ। ਹਾਂਜੀ, ਉਦੋਂ ਤਾਂ ਕਹਿੰਦੇ 3 ਕਰੋੜ ਰੁਪਈਆ ਮਿਲਿਆ। ਹਾਂਜੀ, ਪਰ 3 ਕਰੋੜ ਲੱਗਾ ਤਾਂ ਦੀਦਾ ਨੀਗਾ ਪੈਸੇ? ਹਾਂ, 3 ਕਰੋੜ ਤਾਂ ਬਹੁਤ ਹੁੰਦਾ ਜੀ, ਬਹੁਤ ਹੁੰਦਾ ਨਾ। ਹਾਂਜੀ, ਪਰ ਇੰਨੇ ਲੱਗੇ ਨੀ, ਪੈਸੇ ਥੋੜ੍ਹੇ ਲੱਗੇ ਵਾ। ਹਾਂਜੀ, ਤੇ ਉਸ ਤੋਂ ਬਾਅਦ ਪਤਾ ਨੀ ਰੱਬ ਜਿਹੜੇ ਕੰਮ ਬੰਦ ਕਰ ਦਿੱਤਾ। ਠੀਕ ਹੈ, ਤਾਂ ਕੋਈ ਨੀ ਆਇਆ, ਚਲੋ ਇੰਨਾ ਵੀ ਪਤਾ ਮੈਨੂੰ। ਠੀਕ ਹੈ, ਧੰਨਵਾਦ। ਤੋ ਵੀ ਤੁਸੀਂ ਕਿਲੇ ਦੇ ਦਰਸ਼ਨ ਕਰ ਸਕਦੇ ਹੋ, ਥੋੜ੍ਹਾ ਜਿਹਾ ਦਿਖਦਾ। ਇਹ ਤੋਂ ਮੈਂ ਤੁਹਾਨੂੰ ਪਿੰਡ ਦਾ ਸਕੂਲ ਦਿਖਾ ਦਿੰਦਾ। ਸਰਕਾਰੀ ਐਲੀਮੈਂਟਰੀ ਸਕੂਲ ਬਜਵਾੜਾ।